हेलो गिस बश्रा खान वेलकम टू समा पॉडकास्ट हमारे जो समा पॉडकास्ट के गेस्ट हैं ना वो हमेशा से स्पेशल है और जानी माने शख्सियात ही होती हैं तो मैं आपको ये बताती चलूँ कि आज मेरे साथ बहुत मशहूर भंगड़ा सिंगर मौजूद हैं मिस्टर नासिर बराज हम उनसे आज उनके मन पसंद उन्हीं की खूबसूरत आवाज़ में टप्पे माइये भंगरा सॉन्ग्स और भी बहुत कुछ सुनेंगे और खूब एंटरटेन होंगे और आपको भी हंसाएंगे और एंटरटेन कराएंगे व्हाई नॉट तो चलिए आइए मिलती है मिस्टर नासिर बिराज से कैसे हैं आप अस्सलाम वालेकुम बिल्कुल ठीक जी वालेकुम अस्सलाम आप सुनाए ठीक हैं अल्लाह का शुक्र और आज तो माशाल्लाह जनाब सारिया गल कर दिखाई ने कि टप्पे माइए भी सुनाने तो मैं इतने भंगड़ा कहंगा फिर तुम यह भी कह दिता नवे इम्तिहान च पा छड़े कि सुराकी गाँव भी नाम सुना सुनाने पंजाबी सुराकी

ਇਹ ਪਿੰਕ ਟਰਬਨ ਇਹ ਸਭ ਕੁਝ ਖੁਦ ਕ੍ਰੀਏਟ ਕਰਦੇ ਹੈ ਜਾਂ ਕਿਸੇ ਡਿਜ਼ਾਈਨਰ ਕੀ ਹੈਲਪ ਹੁੰਦੀ ਹੈ ਜਾਂ ਉਹ ਆਪਕੋ ਡਿਜ਼ਾਈਨ ਕਰਕੇ ਦੇਤੇ ਹੈ ਡਿਜ਼ਾਈਨ ਮੈਂ ਖੁਦ ਹੀ ਕਰਨਾ ਇਨਾਂ ਸਾਰੇ ਕੰਮ ਆ ਜਾਂਦੇ ਜੋ ਕਿ ਮੈਂ ਦੇਖ ਕੇ ਇਨਾਂ ਤੇ ਕਾਫੀ ਸ਼ੰਗਰਾਂ ਸ਼ੰਗਰਾਂ ਨੂੰ ਮੈਂ ਇਹ ਹੀ ਆਖਿਆ ਕਿ ਯਾਰ ਗੱਲ ਸੁਣੋ ਆਪਣਾ ਗੈਟਅਪ ਆਪਣਾ ਅੱਛੇ ਡਰੈਸਿੰਗ ਕਰਿਆ ਕਰੋ ਹਰ ਪ੍ਰੋਗਰਾਮ ਤੇ ਜਾ ਕੇ ਕਿਉਂਕਿ ਸਿੰਗਰ ਨੂੰ ਚਾਹੀਦਾ ਹੈ ਸ਼ਾਦੀ ਵਾਲ ਘਰ ਜਾ ਕੇ ਨਾ ਸਿੰਗਰ ਲੱਗੇ ਰੋਟੀ ਖਾਣ ਵਾਲਾ ਪਰੋਣਾ ਨਾ ਲੱਗੇ ਹਾਂ ਆਪਣੀ ਇੱਕ ਪਰਸਨੈਲਿਟੀ ਹੁੰਦੀ ਨਾ ਆਪਣੇ ਸਿੰਗਰ ਕੀ ਉਹ ਇੱਕ ਪਛਾਣ ਹੋਣੀ ਚਾਹੀਏ ਜੈਸੇ ਬੰਦੇ ਆਣ ਤੇ ਇੱਕਦਮ ਉਹਦੇ ਨਾਲ ਦੇਖਣਾ ਸ਼ੁਰੂ ਹੋ ਜਾਏ ਨਾ ਬਾਟੋ ਕਰਾਫ ਤਸਵੀਰਾਂ ਬਣਵਾਣ ਕਿ ਜੀ ਕੀ ਤਾਂ ਨਾ ਸਿਰ ਗਰਾ ਜਾਏ ਹਾਂ ਉਹ ਉਹ ਸਿੰਗਰ ਹੁੰਦਾ ਹੈ ਨਾ ਇਸ ਲਈ ਕਿ ਡਰੈਸਿੰਗ ਨੂੰ ਵੇਖ ਕੇ ਤੇ ਅਗਲਿਆਂ ਨੇ ਤੁਹਾਡੇ ਨਾਲ ਆਣਾ ਵਰਨਾ ਕਿੱਥੇ ਆਣਾ ਕਿਸੇ ਨੇ ਤੇ ਉਹ ਮੈਂ ਆਪਣੀ ਡਰੈਸਿੰਗ ਜਿਹੜੀ ਹੈ ਉਹ ਖੁਦ ਹੀ ਕਰਨਾ ਹੈ ਔਰ ਇਹ ਆਪਨੇ ਜੋ ਨੈਕਲੇਸ ਪਹਿਨਾ ਹੋਇਆ ਹੈ ਯਾ ਕਿਸੇ ਨੇ ਗਿਫਟ ਕੀਤਾ ਹੈ ਕਿ ਆਪਨੇ ਖੁਦ ਲਿਆ ਹੈ ਆ ਇਹ ਸਮਝ ਲੈ ਕੇ ਗਿਫਟ ਹੀ ਹੈ ਹੂੰ ਮੇਰੇ ਦੋਸਤਾਂ ਨੇ ਜਿਹੜਾ ਗਿਫਟ ਕੀਤਾ تھا ਮੈਨੂੰ ਚਲੋ ਮੈਂ ਸਟਾਰਟ ਕਰਦੀ ਹਾਂ ਆਪਕੇ ਭੰਗੜਾ Song ਸੇ ਇੱਕ ਖੂਬਸੂਰਤ ਸਭੰਗੜਾ Song ਸੁਣਾ ਦੇ ਫਿਰ ਆਮ ਸਟਾਰਟ ਕਰਤੇ ਆਪਣਾ ਸਭਾ ਪੋਡਕਾਸਟ ਆ ਠੀਕ ਹੈ ਮੈਂ ਚਾਹਾਂਗਾ ਕਿ ਬਸ ਇੱਕ ਅੰਤਰਾ ਸਤਾਈ ਸੁਣਾ ਦੇ ਤਾਂ ਕਿ ਜ਼ਿਆਦਾ ਸੁਣਾ ਦੇ ਜੇ ਤੱਕ ਨਾ ਮੈਂ ਪੂਰਾ ਸੁਣੂੰਗੀ ਜਿਹੜੇ ਨਾਜ਼ਰਿਨ ਵੇਖ ਰਹੇ ਨਾ ਉਹ ਕਹਿਣ ਕਿ ਯਾਰ ਕਿਉਂ ਕੰਮ ਹੋ ਰਿਹਾ ਇਹ ਨਾ ਤੇ ਮੈਂ ਅੱਜ ਜਿਹੜਾ ਨਾ ਉਹ ਆਪਣੇ ਉਸਤਾਦ ਜਿਹੜੇ ਨੇ ਦਲੇਰ ਮਹਿੰਦੀ ਸਾਹਿਬ ਹਾਂਜੀ। ਔਰ ਮੈਂ ਬਕਾਇਦਾ ਉਸਤਾਦਿ ਸ਼ਿਗਿਰਦੀ ਕੀਤੀ ਹੈ ਕਿਉਂਕਿ ਉਹ ਪਾਕਿਸਤਾਨੀ ਸਨ ਆਏ ਉਹਨਾਂ ਦੇ ਵੱਡੇ ਭਾਈ ਆਏ ਸਨ ਸ਼ਮਸ਼ੇਰ ਸਿੰਘ। ਅੱਛਾ ਉਹਨਾਂ ਦੇ ਨਾਲ ਫਿਰ ਤਾਰਕ ਤਾਫੂ ਖਾਨਦਾਨ ਦੇ ਵਿੱਚ ਬੈਠ ਕੇ ਤੇ ਮੈਂ ਬਕਾਇਦਾ ਉਹਨਾਂ ਦੀ ਉਸਤਾਦਿ ਸ਼ਿਗਿਰਦੀ ਕੀਤੀ ਸੀ ਨਾ ਤੇ ਉਸ ਤੋਂ ਬਾਅਦ ਫਿਰ ਨਾਬ ਅਸੀਂ ਪੰਗੜੇ ਸ਼ੁਰੂ ਕੀਤੇ ਤੇ ਪੰਗੜਾ ਮੈਨੂੰ ਕਿਉਂ ਹੀ ਨਾਬ ਲੋਕਾਂ ਨੇ ਆਖਿਆ ਕਿ ਕਰੋ ਮੈਨੂੰ ਕੀ ਜ਼ਰੂਰਤ ਮਹਿਸੂਸ ਹੋਈ ਮੈਨੂੰ ਜ਼ਰੂਰਤ ਮਹਿਸੂਸ ਹੋਈ ਕਿ ਮੇਰੇ ਇੱਕ ਦੋਸਤ ਨੂੰ ਡਾਕਟਰ ਉਹਨਾਂ ਕੋਲ ਗਿਆ ਨਾਬ ਤੇ ਮੈਂ ਕਿਹਾ ਜੀ ਕੋਈ ਦਵਾਈ ਵਗੈਰਾ ਦਾ ਕੋਈ ਬਲੱਡ ਪ੍ਰੈਸ਼ਰ ਜੀ ਉਹਨਾਂ ਨੇ ਕਿਹਾ ਗੱਲੇ ਆ ਮੈਂ ਕਹਿੰਦਾ ਦਵਾਈ ਤੋਂ ਬਗੈਰ ਕੀ ਹਮਾਰਾ ਕੋਈ ਇਲਾਜ ਉਹਨੇ ਕਹੇ ਜੀ ਐਂਟਰਟੇਨਮੈਂਟ ਕਰਨਾ ਠੀਕ ਹੈ ਕਿ ਨਹੀਂ ਆਪਣੇ ਆਪ ਨੂੰ ਖੁਸ਼ ਰੱਖਣਾ ਮੈਂ ਫੈਸਲਾ ਕਰ ਲੇਤਾ ਕਿ ਮੈਂ ਕਹਿਆ ਯਾਰ ਇਹ ਤੇ ਸੌਖਾ ਜਿਹਾ ਕੰਮ ਹੈਗਾ ਨਾ ਆਪਣੇ ਆਪ ਨੂੰ ਖੁਸ਼ ਰੱਖਣਾ ਹੈ ਨਾ ਮੈਂ ਫਿਰ ਭੰਗੜੇ ਜਿਹੜੇ ਸੁਣਦਾ ਸੀ ਨਾ ਤੇ ਮੈਂ ਕਿਹਾ ਲੋ ਜੀ ਤੁਸੀਂ ਭੰਗੜੇ ਕਰਿਆ ਕਰੋ ਤੇ ਲੋਕਾਂ ਨੂੰ ਹੁਣ ਮੈਂ 3 ਘੰਟੇ ਭੰਗੜੇ ਕਰਾਂ 4 ਘੰਟੇ ਕਰਾਂ ਕਿਤੇ ਸ਼ੋਅ ਦੇ ਵਿੱਚ ਨਾ ਕਿਸੇ ਨੂੰ ਬਿਜਲੀ ਦਾ ਬਿੱਲ ਯਾਦ ਆ ਰੰਦਾ ਹੈ ਨਾ ਕਿ ਸਾਨੂੰ ਘਰ ਦੇ ਖਰਚੇ ਯਾਦ ਰਹਿੰਦੇ ਨੇ ਤੇ ਸਾਰੇ ਨਾ ਉਹ ਤਿੰਨ ਘੰਟੇ ਮੈਨਾਂ ਖੁਸ਼ ਰਹਿੰਦੇ ਨੇ ਸਹੀ ਨਹੀਂ ਹੈਗੇ ਤੇ ਇਹ ਬਹੁਤ ਹੀ ਅੱਛਾ ਲੱਗਾ ਨਾਲੇ ਫਿਰ ਦਵਾਈਆਂ ਤੋਂ ਵੀ ਜਾਨ ਅਧੀਆਂ ਤੋਂ ਛੋਟੇ ਟੈਨਸ਼ਨ ਤੋਂ ਦੂਰ ਇੱਕ ਅੱਛੀ ਸੀ ਆਪ ਇੱਕ ਐਂਬੀਅੰਸ ਵਿੱਚ ਚਲੇ ਜਾਈਏ ਔਰ ਆਪ ਉਹਨਕੋ ਹੰਸਾਈ ਐਂਟਰੇਨ ਕਰੇ ਕੀ ਬਾਤ ਹੈ ਐਸੇ ਚ ਮਜ਼ਾ ਆਉਂਦਾ ਹੈ ਉਹ ਮੈਂ ਤੁਹਾਨੂੰ ਨਾ ਜ਼ਿਆਦਾ ਨਾਦਰੇਨ ਦੇਖ ਰਹੇ ਨਾ ਮੇਰਾ ਦਿਲ ਚਾਹਦਾ ਕਿ ਇੰਤਜ਼ਾਰ ਨਾ ਕਰਾਵਾਂ ਤੇ ਅੱਛਾ ਲੱਗੇਗਾ ਸੁਣਾ ਸੁਣਾਏ ਰਾਜਾ ਮੀਆਂ ਛੱਡ ਦੋ ਯਾਰੀ ਚੰਗੀ ਨਹੀਂ ਜੇ ਇਸ਼ਕ ਬਿਮਾਰੀ ਰਾਜਾ ਮੀਆਂ ਛੱਡ ਦੋ ਯਾਰੀ ਚੰਗੀ ਨਹੀਂ ਜੇ ਇਸ਼ਕ ਬਿਮਾਰੀ ਇਸ਼ਕ ਨਾ ਛੱਡਦਾ ਕੁਝ ਵੀ ਬੱਲੇ ਹੋ ਗਈ ਤੇਰੀ ਬੱਲੇ ਬੱਲੇ ਹੋ ਜਾਊਗੀ ਬੱਲੇ ਬੱਲੇ ਹੋ ਗਈ ਤੇਰੀ ਬੱਲੇ ਬੱਲੇ ਹੋ ਜਾਊਗੀ ਬੱਲੇ ਬੱਲੇ ਆਹ ਚਿਕਨਕ ਚਿਕਨਕ ਆਹ ਚਿਕਨਕ 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 ਆਹ ਚਿਕਨਕ ਚਿਕਨਕ ਛੱਡ ਦੇ ਬਿਨ ਮਤਲਬ ਦੇ ਐਵੇਂ ਪੰਗਿਆਂ ਦੇ ਵਿੱਚ ਪੈਣਾ ਇਸ਼ਕ ਦੇ ਚੱਕਰ ਦੇ ਵਿੱਚ ਨੀਂਦ ਘੁਮਾ ਕੇ ਕੀ ਲੈਣਾ ਹੋ ਜਾਵੇ ਜੇ ਪਿਆਰ ਤੇ ਪੱਲੇ ਕੁਝ ਨਹੀਂ ਰਹਿਣਾ ਅੱਖੀਆਂ ਹੋ ਜਾਣ ਚਾਰ ਤੇ ਪੱਲੇ ਕੁਝ ਨਹੀਂ ਰਹਿਣਾ ਹੋ ਕੇ ਤੇਰੇ ਖੋ ਜਾਣੇ ਰੋਣਾ ਬਹਿ ਬਹਿ ਕੱਲੇ ਕੱਲੇ ਰੋਣਾ ਬਹਿ ਬਹਿ ਕੱਲੇ ਕੱਲੇ ਹੋ ਗਈ ਤੇਰੀ ਬੱਲੇ ਬੱਲੇ ਹੋ ਜਾਊਗੀ ਬੱਲੇ ਬੱਲੇ ਹੋ ਗਈ ਤੇਰੀ ਬੱਲੇ ਬੱਲੇ ਹੋ ਜਾਊਗੀ ਬੱਲੇ ਬੱਲੇ ਆਹਾ ਚਿਕਨਕ ਚਿਕਨਕ ਆਹਾ ਚਿਕਨਕ ਚਿਕਨਕ ਚਿਕਨਾ ਆਹਾ ਚਿਕਨਕ ਚਿਕਨਕ

उनके ड्रेसिंग से तो मैम बहुत खुश था आप ना आप उनकी ड्रेसिंग को फॉलो करते हैं राइट कि है तो लोगों को मुझ को देखकर काफी फनकारों ने किया ड्रेसिंग कि यार इन्होंने बिल्कुल ठीक है के सिंगर शादी वाले घर जाके सिंगर लगे रोटी खाने वाले लग, परोना लगे हर बंदे के मुंह पे आ गए देखिए आपका पैशन है ना जो आपको यहां तक पहुंचा रहा है कामयाबी दी है आपको बिल्कुल ये आपका पैशन है ना जिसमें आप यहां तक पहुंचे हैं माशाल्लाह को कामयाबी हासिल हुई और व्हाई नॉट ਲੇਰ ਮਹਿਦੀ ਸਾਹਿਬ ਜੋ ਹੈ ਉਹਨਾਂ ਨੇ ਆਪਸੇ ਕੌਣ ਕੌਣ ਸੇ ਗਾਣੇ ਆਪਣੇ ਪਸੰਦੀਦਾ ਗਵਾਏ ਬਤੋ ਤੇ ਆਪ ਹੀ ਤੁਹਾਨੂੰ ਪਤਾ ਹੈ ਬੇਤਾਜ ਬਾਦਸ਼ਾਹ ਨੇ ਨਾ ਪੁੱਛ ਨਹੀਂ ਦੀ ਸੁਣਾਣੇ ਹਨ ਹਾਂਜੀ ਆ ਜਿੰਨ ਕੀ ਉਹ ਫਰਮਾਇਸ਼ ਕਰਦੇ تھے ਉਹ ਸੁਣਾਏ ਮਝੇ ਹੋ ਲੈ ਗਈ ਸਾਡਾ ਦਿਲ ਕੱਢ ਕੇ ਦਿਲ ਕੱਢ ਕੇ ਦਿਲ ਕੱਢ ਕੇ ਜਦ ਮੋਰਾ ਵਾਂਗ ਪਹਿਲਾ ਪਾਇਆ ਉਹ ਲੈ ਗਈ ਸਾਡਾ ਦਿਲ ਕੱਢ ਕੇ ਦਿਲ ਕੱਢ ਕੇ ਜਦੋਂ ਮੋਰਾ ਵਾਂਗੂ ਪਹਿਲਾਂ ਪਾਈਆ ਸਾਡੇ ਦਿਲ ਤੇ ਸਾਡੇ ਦਿਲ ਤੇ ਸਾਡੇ ਦਿਲ ਤੇ ਛੁਰੀਆਂ ਚਲਾਈਆਂ ਸਾਨੂੰ ਕਟਿਆ ਹਾਏ ਸਾਨੂੰ ਕਟਿਆ ਹਾਏ ਸਾਨੂੰ ਕਟਿਆ ਵਾਂਗ ਕਸਾਈਆਂ ਤੇ ਬੈ ਗਏ ਇੱਥੇ ਦਿਲ ਫੜ ਕੇ ਦਿਲ ਫੜ ਕੇ ਦਿਲ ਫੜ ਕੇ ਜਦੋਂ ਮੋਰਾ ਵਾਂਗੂ ਪਹਿਲਾਂ ਪਾਈਆ ਵੈਰੀ ਨਾਈਸ ਕਿ ਸੋਹਰੇ ਕਿ ਤਾਲ ਹੈ बस ए ए गॉड गिफ्ट नहीं वैसे दिस इज गॉड गिफ्टेड लेकिन मुझे ये पता कि आप बचपन से ही गा रहे थे जिस तरह ये गाने का शौक था या कब ने? से स्टार्ट हुआ आपका ये नहीं। नहीं। सारे सिंगर ये कहते हैं बचपन तो लेकिन मेरा तो इसे देख मैं 55 तो हूं वाह जी सच बोलने दे बीच ना कोई शुक्र अल्लाह का जनाब के शॉर्ट टाइम दे बीच ना ਨਾਮ ਬਣਾਇਆ ਕਿਉਂਕਿ ਮੇਰੀ ਪਹਿਲੀ ਕੰਪੇਰਿੰਗ ਜਿਹੜੀ ਨਾ ਉਹ ਸੁਖਬੀਰ ਸਿੰਘ ਨੇ ਕੀਤੀ ਸੀ ਪੀਸੀ ਹੋਟਲ ਦੇ ਵਿੱਚ ਨਾ ਪਹਿਲਾ ਗਾਣਾ ਮੇਰਾ ਜਿਹੜਾ ਸੀ ਉਹ ਸਰਾਇਕੀ ਗਾਣਾ ਸੀ ਸੁਨਾਈ ਸੁਨਾਈ ਬਤਾਨਾ ਨਹੀਂ ਹੈ ਸੁਨਾਈ ਸੁਨਾਈ ਅੱਛਾ ਸੁਣਾਉਣਾ ਤਾਂ ਉਸ ਨਾਵਾਗਾ ਜ਼ਰੂਰ ਸਰਾਇਕੀ ਗਾਣਾ ਸੀ ਤੇ ਸੁਖਬੀਰ ਸਿੰਘ ਫਾਰਗ ਹੋਇਆ ਨਾ ਆਪਣੇ ਪ੍ਰੋਗਰਾਮ ਤੋਂ ਤੇ ਉਹਨਾਂ ਕਹਿ ਕੇ ਹੁਣ ਉਹ ਮਿੱਤਰ ਆਂਦਾ ਪਿਆ ਜਿਹਦਾ ਮੈਂ ਵੀ ਫੈਨ ਆ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਮੇਰਾ ਪਹਿਲਾ ਗਾਣਾ ਹੈ ਤੇ ਮੈਂ ਤੇ ਹਲੇ ਗਾਣਾ ਕੋਈ ਰਿਕਾਰਡ ਨਹੀਂ ਸੀ ਕੀਤਾ ਤੇ ਉਹਨਾਂ ਨੇ ਕਿਹਾ ਜੀ ਸੁਣਾਓ ਜਨਾਬ ਤੁਸੀਂ ਤੇ ਉਹ ਫਿਰ ਮਨਸੂਰ ਮਲੰਗੀ ਦਾ ਇਨਾਮ ਹੈ ਇੱਕ ਫੁੱਲ ਮੋਤੀ ਦਾ ਸੁਨਾਇਆ ਗਾਣਾ ਤੇ ਮੈਂ ਜਉ ਬਾਹਰ ਨਿਕਿਆ ਹੋਟਲ ਤੇ ਕੋਈ ਫੁੱਲ ਇਦਰੋਂ ਪੇਸ਼ ਕਰ ਰਿਹਾ ਕੋਈ ਕੀ ਕਰ ਰਿਹਾ ਕੋਈ ਗੁਲਾਬ ਦੇ ਫੁੱਲ ਕੋਈ ਮੋਤੀ ਦੇ ਫੁੱਲ ਤੇ ਉਹ ਮੈਂ ਇਨਾਮ ਤੁਹਾਨੂੰ ਸੁਣਾ ਦਿੰਨਾ ਇਨਾਮ ਤਾਂ ਕਿ ਸਾਡੇ ਮਨ ਦੇਖੋ ਨਾ ਇਹ ਤਾਂ ਜਲਦੀ ਜਲਦੀ ਸੁਨਾਇਆ ਨਾ ਕਿ ਉਸਤਾਦ ਦਾ ਨਾਮ ਜਿਹੜਾ ਹੈ ਉਹ ਰੋਸ਼ਨ ਹੋਵੇ ਪਤਾ ਚੱਲੇ ਹੁਣ ਇਹ ਕਿ ਪਾਕਿਸਤਾਨ ਦੇ ਵਿੱਚੋਂ ਜਨਾਬ ਕੋਈ ਸਿੰਗਰ ਨਹੀਂ ਜਨਾਬ ਜਿਨ੍ਹਾਂ ਦਾ ਤੁਸੀਂ ਆਖਿਆ ਮੇਰਾ ਇਮਤਿਹਾਨ ਲੈਣ ਲੱਗੇ ਹੋ ਕਿ ਸੁਰਾਇਕੇ ਵੀ ਸੁਣਾਓ ਨਾ ਤੇ ਉਹ ਸੁਰਾਇਕੇ ਵੀ ਨਾ ਤੇ ਮਨਸੂਰ ਮਲੰਗੀ ਸਾਹਿਬ ਨੇ ਜਨਾਬ ਨਾ ਉਹਨਾਂ ਦਾ ਇੱਕ ਗਾਣਾ ਸੁਪਰ ਹਟਿਆਗਾ ਸੀ ਉਹ ਤੁਹਾਨੂੰ ਮੈਂ ਨਾ ਉਹ ਫਰਮਾਇਸ਼ ਮੈਨੂੰ ਆਇਆ ਮੈਂ ਕਹਾ ਚੌਂ ਚੈਨਲ ਤੇ ਬੈਠਾਂਗਾ ਤੇ ਫੇਰ ਹੀ ਸੁਣਾਵਾਂਗਾ ਤਾਂ ਕਿ ਜਿਹੜੇ ਦੁਖੀ ਦਿਲ ਨੇ ਨਾ ਜਿਹੜੇ ਟੁੱਟੇ ਹੋਏ ਨੇ ਉਹ ਗਾਣਾ ਇਹਨੇ ਮਿਲ ਜਾਏ ਦਿਲ ਜੁੜ ਜਾਣ ਜਨਾਬ दिस गाना टू, हाँ हुए दिल, जिनके रिसेंटली हैं या जिनका इश्क उनसे छूट गया है या जिनकी मोहब्बत नाकाम हुई है तो जो नासे बराज हैं वो एक ऐसा गाना सुनाने लगे हैं आप सबको तो प्लीज होश संभालिए अब आप, आप, आप लोग के चेहरे पे खुशी आने वाली है और कैसी फीलिंग है ना मेरे में भी ना भी देखिए और इसमें भी देखिए क्योंकि ये मुख्तलिफ है ਟੋੜੇ ਲੱਖ ਵਾਰੀ ਪਿਆ ਵਖ ਹੋਵੇਂ ਮੇਰਾ ਦਮ ਦਮ ਯਾਦ ਤੂੰ ਵਖ ਨਹੀਂ ਮਸਰੂਫ ਵਦੇ ਵਿੱਚ ਲਗਦੇ ਆਂ ਦੇ ਮੇਰੀ ਮੁਦਦ ਤੂੰ ਸੁੱਕਦੀ ਅੱਖ ਨਹੀਂ ਤੇ ਮੇਰੀ ਆਪਣੀ ਕਿਸਮਤ ਇੰਜ ਆਹੀ ਕਿਸੇ ਸਜਣ ਤੇ ਰੰਝੀ ਕੱਖ ਨਹੀਂ ਜਿਹੜੀ ਘੈਰਾਂ ਚ ਈਦ ਗੁਜ਼ਾਰੀ ਈ ਤੇਰੇ ਬਾਜੋਂ ਨਿਬਦਾ ਛਟ ਨਹੀਂ ਜਾਵਾਂ ਸਦਕੇ ਗਲੇ ਦੀਏ ਹੱਸੀਏ ਤੇ ਝੁਗੀ ਪਾਰਲ ਕਠਿਆਂ ਵਸੀਏ ਓ ਇੱਕ ਫੁੱਲ ਮੋਤੀਏ ਦਮਾਰ ਕੇ ਜਗਾ ਸੋਣੀਏ ਨੀ ਇੱਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਣੀਏ ਕੋਈ ਚੋਲੇ ਨਾਲ ਜ਼ੰਜੀਰੀ ਤੇ ਅੱਖੀਆਂ ਲੜੀਆਂ ਹਿੰ ਤਕਦੀਰੀ ਓ ਇੱਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਣੀਏ ਨ ਇੱਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਣੀਏ ਬਾਜ਼ਾਰ ਵਿਕਾਂਦੀਆਂ ਛੁਰੀਆਂ ਬਾਜ਼ਾਰ ਬਿਕਾਂਦੀਆਂ ਛੁਰੀਆਂ ਤੇ ਇਸ਼ਕੇ ਦੀਆਂ ਝੋਟਾਂ ਬੁਰੀਆਂ ਇੱਕ ਫੁੱਲ ਮੋਤੀਏ ਦਮਾਰ ਕੇ ਜਗਾ ਸੋਣੀਏ ਬਾਗਾਂ ਵਿੱਚ ਫੁੱਲ ਕੋਈ ਨਾ ਤੇ ਅੱਲਾ ਸੱਚਾ ਜਾਣਦਾ ਏ ਟੰਡੀ ਅੱਖੀ ਦਾ ਮੁੱਲ ਕੋਈ ਨਾ ਜੇ ਮੈਂ ਤੇਰੇ ਬਿਨ ਇ Eid ਮਨਾਵਾ ਸ਼ਲਾ ਉਥੇ ਦਿਨ ਮਰ ਜਾਵਾਂ ਨ ਇੱਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਣੀਏ ਮੇਰਾ ਬੇਪਰਵਾ ਦਿਲਦਾਰ ਸਜਣ ਤੇਰੇ ਨਾਦ ਪਸੰਦ ਤੇਰੀ ਚਾਲ ਪਸੰਦ ਤੇਰੇ ਔਟ ਪਸੰਦ ਰੁਖਸਾਰ ਪਸੰਦ ਤੇਰੇ ਮੂੰਹ ਦੀ ਹਿਕ ਹਿਕ ਗਾਲ ਪਸੰਦ tere nan tere nan tere nan tere nan pasand sohne van pasand niwian da ik ikbal pasand maj char di sir ch aaya mud ta guzar gayya nahi sajan da foon aaya bazaar vikandi tarwe ਤੇ ਸਾਡਾ ਸਾਹਮਣੇ ਗਲੀ ਦੇ ਵਿੱਚ ਘਰ ਓਏ ਇੱਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਣੀਏ ਨਲਕੇ ਬੋਰ ਗਏ ਥੋੜਾ ਜਿਹਾ ਦਿਨ ਢਲਣ ਰੰਗ ਸੰਗੀਆਂ ਦੇ ਹੋ ਰੋ ਕੇ ਬਾਜ਼ਾਰ ਵਿਕਾਂਦੇ ਪਾਵੇ ਤੇ ਸਾਨੂੰ ਤੇਰੀ ਯਾਦ ਸਤਾਵੇ ਉਹ ਇੱਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਣੀਏ ਨ ਇੱਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਣੀਏ 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 ਵੰਡਰਫੁਲ ਬਹੁਤ ਪਿਆਰਾ ਗਾਇਆ ਆਪਣੇ ਔਰ ਇਤਨਾ ਇੰਗੇਜਿੰਗ ਥਾ और इतना you know, जैसे होता ना टेंशन ग्रैबिंग था मतलब आई वाज इन इट बहुत प्यारा गाया आपने थैंक यू आपने हाई पिच पे गाया है हाँ वैसे मैं ज्यूरी में तो नहीं बैठी हुई कि मैं ये बताऊं कि आपने कैसा गाया आपने बहुत बेहतरीन गाया okay, you know, है लेकिन आई कैन यू नो सिंस मैंने लाइव एक्सपीरियंस किया तो लिरिक्स बहुत अच्छे थे प्लीज थोड़ा मुस्कुराएं मुस्कराने से ना एक्सरसाइज हो जाती है और फिर वो जो रिंकल्स हैं ना वो जो लाफिंग रिंकल्स हैं मुझे ये बताइए गुरु नानक साहब yeah. जो हैं वो आपकी इंस्पिरेशन है yeah, बिल्कुल उनके भी कोई खूबसूरत से गाने जो आपको बहुत पसंद है ना जी yeah, बिल्कुल वो, जी. Please, वो भी सुनाऊंगा लेकिन मैं चाह रहा हूँ कि मैं आपका पूरा नाम पूछ सकता हूँ आप जरा मुझे बता दें जरा ਬੁਸ਼ਰਾ ਖਾਨ ਬੁਸ਼ਰਾ ਖਾਨ ਠੀਕ ਹੈ ਮੇਰਾ ਦਿਲ ਚਾਹੁੰਦਾ ਕਿ ਤੁਸੀਂ ਇੰਨਾ ਅੱਛੇ ਅੱਛੇ ਪ੍ਰੋਗਰਾਮ ਕਰਦੇ ਜੇ ਤੇ ਤੁਹਾਡਾ ਵੀ ਕੋਈ ਸ਼ੇਅਰ ਸੁਣਾ ਦਿੱਤਾ ਜਾਏ ਤੇ ਬੜੇ ਚੰਗਾ ਲੱਗੇਗਾ ਪਲੀਜ਼ ਜ਼ਰੂਰ ਬੁਸ਼ਰਾ ਖਾਨ ਠੀਕ ਹੈ ਮੈਂ ਦਿਲ ਦੀ ਦੁਨੀਆ ਚ ਤੇਰੇ ਬਾਜੂ ਜੇ ਕੋਈ ਵਸਾਵਾਂ ਤੇ ਕਾਫਰ ਆਖੀ ਮੈਂ ਤੇਰੀ ਚੋਖਟ ਤੂੰ ساری ਜ਼ਿੰਦਗੀ ਜੇ ਸਿਰ ਉਠਾਵਾਂ ਤੇ ਕਾਫਰਾ ਖੀ ਜੇ ਮੇਰੀ ਪੂਜਾ ਚ ਫਰਕ ਆਵੇ ਬੁਛਰਾ ਖੰਜਰ ਦਿਲੋੜ ਕਾਈ ਨਹੀਂ ਖੁਦਾ ਗਵਾਏ ਤੂੰ ਅੱਖ ਚ ਬਦਲੇ ਮੈਂ ਮਰ ਨਾ ਜਾਵਾਂ ਤੇ ਕਾਫਰਾ ਖੀ ਕਿਉਂਕਿ ਪਿਆਰ ਨਾਲ ਨਾ ਸਹੀ ਉਗੋ ਸੇ ਨਾਲ ਲੈ ਵੇਖ ਲਿਆ ਕਰ ਬਿਮਾਰਾਂ ਨੂੰ ਸ਼ਫਾ ਮਿਲ ਜਾਂਦੀ ਏ ਹਾਏ ਪਿਆਰ ਨਾਲ ਨਾ ਸਹੀ ਤੇਰਾ دیدار ਚਨਾ ਸਾਡੀ ਮਜਬੂਰੀ ਏ ਰੋਦ ਫੋਨ ਕਰਨਾ ਬੜਾਈ ਜ਼ਰੂਰੀ ਏ ਤੂੰ ਜੇ ਨਾ ਦਿਸੇ ਤੇ जो मले दए तेरा दर बीमारा शफा मिल जांदी ए हाय प्यार नाल ना सही प्यार नाल ना सही थैंक यू सो मच इट्स वंडरफुल अच्छा आई वाजंट एक्सपेक्टिंग कि आप मेरे लिए गाएंगे और मेरा स्पेशल इन नाम लेके बीच में जल्दी से हाजिर दिमागी से उसको बीच में और बहुत प्यारा है लिखते भी खुद है हां जी गाने में खुद ही नाबिल और ये आमद होती है या, क्या, क्या, क्या आमद बहुत अच्छी होती है ना आप देखे ना कि मैं सियासी गाने भी खुद ही लिखता हूँ मरियम नवाज के भी ना बना और नवाज शरीफ के भी सारे सबके सियासियों के गाने खुद ही लिखते हैं हम आप और अच्छे नाभ करते हैं ਮੇਰੇ ਨਾਈਸ ਵੀ ਆਪਣੇ ਗਾਣੇ ਆਪਣੇ ਖੋਦੇ ਬਹੁਤ ਅੱਛਾ ਲਿਰਿਕਸ ਅੱਛਾ ਆਪਣਾ ਗਾਣਾ ਦੇਖੋ ਨਾ ਇੱਕ ਨਿੱਕੇ ਕੱਦ ਦੀ ਕੁੜੀ ਸੀ ਉਹ ਮੇਰਾ ਫਿਲਮ ਵਿੱਚ ਗਾਣਾ ਆਇਆ ਸ਼ਗਨਾ ਦੀ ਮਹਿੰਦੀ ਵਿੱਚ ਤੇ ਉਹ ਆਰੇ ਸ਼ਰਾਰਤਾਂ ਕਰਦੀ ਇੱਕ ਕਦੀ ਮੇਰੀ ਟਾਈ ਸਿੱਧੀ ਕਰਦੀ ਇੱਕ ਕਦੀ ਫੁੱਲ ਸਿੱਧਾ ਕਰਦੀ ਇੱਕ ਕਦੀ ਕੀ ਕਰਦੀ ਇੱਕ ਦੋਸਤ ਮੇਰਾ ਆਇਆ ਤੇ ਉਹਨੇ ਦੇਖਿਆ ਤੇ ਉਸਨੇ ਸਿਰਫ ਇਤਨੇ ਕਹੇ ਕਿ ਯਾਰ ਇਹ ਜਿਹੜੀ ਮਾਡਲ ਹੈ ਨਾ ਦਾ ਮੁਖੜਾ ਬੜਾ ਅੱਛਾ ਹੈ ਅੱਛਾ ਉਹ ਮuje ਫਾਲੋ ਕਰ ਗਿਆ ਫੌਰਨ ਉਸਦੇ ਬਾਅਦ ਤੇ ਮੈਂ ਪਰ ਗਾਣਾ ਕੀ ਲਿਖਿਆ ਜਬ ਗਾਣਾ ਲਿਖਿਆ ਤਾਂ ਉਹ ਫਿਲਮ ਵਾਲੋ ਨੇ ਸੁਣਾ ਤਾਂ ਉਹਨਾਂ ਨੇ ਫਿਲਮ ਮੇ ਲੈ ਲਿਆ ਜਨਾਬ ਤੇ ਉਹ ਗਾਣਾ ਮੇਰੇ ਖਿਆਲੇ ਮੈਂ ਤੁਹਾਨੂੰ ਸੁਣਾਈ ਦਿਆਂ ਕਿ ਅੱਛਾ ਜੀ ਇਹ ਫਿਲਮ ਮੇ ਆਇਆ ਜਿਹੜੇ ਨਿੱਕੇ ਕੱਦ ਦੀ ਕੁੜੀਆਂ ਨੇ ਨਾ ਉਹਨਾਂ ਨੂੰ ਵੀ ਨਾ ਬਲਾ ਅਸੀਂ ਖੁਸ਼ ਕਰਨਾ ਹੈ ਨਾ ਬਲਾ ਇਹ ਬਹੁਤ ਟਾਈਮ ਹੁੰਦਾ ਨਾ ਇਹਦਾ ਕੱਦ ਛੋਟਾ ਹੈ ਰਿਸ਼ਤਾ ਨਹੀਂ ਨਾ ਬਚੀ ਕਰਨਾ ਹਾਈਟ ਜ਼ਿਆਦਾ ਹੋਏਗੀ ਫਿਰ ਅਸੀਂ ਨਾ ਬਲਾ ਕਰਾਂਗੇ ਅਸੀਂ ਉਹ ਨਿੱਕੇ ਕੱਦ ਵਾਲੀ ਨੂੰ ਨਾ ਬਚੀ ਨਾ ਬ ਕੀਤਾ ਹੈ ਉਹ ਮੁਖੜਾ ਉਹਦਾ ਚੰਨ ਦਾ ਟੋਟਾ ਲੰਮੇ ਵਾਲ ਤੇ ਕਦ ਸੀ ਛੋਟਾ ਮੁਖੜਾ ਉਹਦਾ ਚੰਨ ਦਾ ਟੋਟਾ ਲੰਮੇ ਵਾਲ ਤੇ ਕਦ ਸੀ ਛੋਟਾ ਦਿਲ ਕਰਕੇ ਲੈ ਗਈ ਚੋਰੀ ਹੁਣ ਮੈਨੂੰ ਕਹਿੰਦੀ ਏ ਹਾਏ ਸਰਦਾਰ ਜੀ ਆਈ ਐਮ ਸੌਰੀ ਹੁਣ ਮੈਨੂੰ ਕਹਿੰਦੀ ਏ ਬਾਬ ਜੀ ਆਈ ਐਮ ਸੌਰੀ ਹੁਣ ਮੈਨੂੰ ਕਹਿੰਦੀ ਏ ਵੇ ਕਿਉਂ ਦੀਆਂ ਸ਼ੋਖ ਆਦਾਵਾ ਮੈਂ ਉਹਦੇ ਤੇ ਮਰਦੇ ਹੀ ਜਾਵਾ ਡੰਗਦੇ ਨੈਣ ਬਲੜੀ ਹੁਣ ਮੈਨੂੰ ਕਹਿੰਦੀ ਏ ਹਾਏ ਬਾਉ ਜੀ ਆਈ ਏਮ ਸੌਰੀ ਹੁਣ ਮੈਨੂੰ ਕਹਿੰਦੀ ਏ ਸਰਦਾਰ ਜੀ ਆਈ ਏਮ ਸੌਰੀ ਹੁਣ ਮੈਨੂੰ ਕਹਿੰਦੀ ਏ ਬਾਜੀ ਵਾ ਆਪਣੇ ਸਾਰੋ ਕੀ ਲਈ ਗਾਣੇ ਰੱਖੇਵੇਂ ਸਪੈਸ਼ਲ ਉਹ ਫਿਲਮ ਵਿੱਚ ਚਲਾ ਗਿਆ ਨਾ ਗਾਣਾ ਬਰੀ ਨਾਈਸ ਉਹ ਫਿਰ ਤੁਸੀਂ ਇਹ ਬਤਾਈਏ मरियम नवाज़ साहिबा के लिए जी जी कौन सा गाना लिखे आपने हाँ जी सुना दे वो सियासी गाना है लेकिन चले आप कहते हैं तो मैं एक शेर जो है ना उसका भी बोला वो आपको ना आप सुना दूंगा इना मियाँ साहब का भी एक शेर आपको सुना देता हूँ हाँ तो आप ਫਿਰ ਸ਼ੇਰ ਨਿਆਮਣਾਏ ਪਾਕਿਸਤਾਨ ਬਚਾਵਣਾਏ ਭਾਵੇਂ ਸਿਰ ਦੀ ਬਾਜ਼ੀ ਲੱਗ ਜਾਵੇ ਭਾਵੇਂ ਸਿਰ ਦੀ ਬਾਜ਼ੀ ਲੱਗ ਜਾਵੇ ਇਹੋ ਕੌਲ ਨਿਭਾਵਣਾਏ ਪਾਕਿਸਤਾਨ ਬਚਾਵਣਾਏ ਭਾਵੇਂ ਸਿਰ ਦੀ ਬਾਜ਼ੀ ਲੱਗ ਜਾਵੇ ਭਾਵੇਂ ਸਿਰ ਦੀ ਬਾਜ਼ੀ ਲੱਗ ਜਾਵੇ ਬਾਜੀ ਵਾ ਅੱਛਾ ਇਹ ਬਣਾਇਆ ਫਿਰ ਇੱਕ ਮਰੀਮ ਨਵਾਜ਼ ਦਾ ਇੱਕ ਸ਼ੇਰ ਥਾ ਇਹ ਨਾਵਲਾ ਉਹ ਵੀ ਇਨਸ਼ਾਅੱਲਾ ਆਪ ਕੋਈ ਨਾਮ ਅਭੀ ਸੁਣਾ ਦਿੰਦੇ ਆ ਮਰੀਮ ਨਵਾਜ਼ ਦੀ ਹਿੰਮਤ ਜੁਰਤ ਆਵਾਮ ਦੀ ਖਾਤਰ ਕਟੀਆਂ ਸਜ਼ਾਵਾਂ ਮਰਯਮ ਨਵਾਦਦੀ ਹਿੰਮਤ ਜੁਰਤ ਆਵਾਮ ਦੇ ਖਾਤਰ ਕਟੀਆਂ ਸਜ਼ਾਵਾਂ ਨਵਾਦ ਸ਼ਰੀਫ ਦੇ ਨਾਲ ਖਲੋਤੀ ਐਸੀ ਤੀ ਤੋ ਸਦਕੇ ਜਾਵਾਂ ਇਹੋ ਖਤਰਾ ਚਾਵਣਾ ਏ ਪਾਕਿਸਤਾਨ ਬਚਾਵਣਾ ਏ ਭਾਵੇਂ ਸਿਰ ਦੀ ਬਾਜ਼ੀ ਲੱਗ ਜਾਵੇ

लम्हात भी आते हैं जीवन में ऐसे लम्हात भी आते हैं मिलते हैं कुछ लोग मिलते हैं कुछ लोग बिछड़ भी जाते हैं जीवन में ऐसे लम्हात भी आते हैं ہم کو ہے پہ چان پیارے مکھڑوں کی ہو ہم کو ہے پہ چان پیارے مکھڑوں کی صورت دیکھ کے ہم

ਇੱਥੇ ਸੁਣੀਏ ਕਿਹੜੇ ਅਲਫਾਜ਼ ਨਿਕਲ ਨਿਕਲਣਾ ਹੈ ਮੈਂ ਗਾਣੇ ਸੁਣ ਰਹੀ ਹਾਂ ਇਟਸ ਦੇ ਆਰ ਸੋ ਇੰਗੇਜਿੰਗ ਕਿ ਮੈਨੂੰ ਨਹੀਂ ਪਤਾ ਸਿਗਰਟ ਨਹੀਂ ਲਾਏਗਾ ਅੱਜ ਨਾ ਆਪ ਜਿੰਨੇ ਦਿਨ ਅਸੀਂ ਬੈਠਾਂਗੇ ਇਨਸ਼ਾਅੱਲਾ ਨਹੀਂ ਜ਼ਰੂਰਤ ਪਵੇਗੀ ਆਪਕੇ ਗਾਣੇ ਜੋ ਹੈ ਨਾ ਉਹ ਮੇਰਾ ਦਿਲ ਚਾਹ ਰਿਹਾ ਹੈ ਕਮੀ ਪੂਰੀ ਕਰ ਰਹੇ ਹਾਂ ਕਿ ਮੇਰਾ ਦਿਲ ਚਾਹ ਰਿਹਾ ਕਿਉਂਕਿ ਪਿੰਡਾਂ ਥਾਵਾਂ ਦੇ ਲੋਕ ਨੇ ਨਾ ਉਹਨਾਂ ਨੂੰ ਬੜੀ ਆਉਂਦੀ ਹੈ ਕਿ ਯਾਰ ਸਾਡੇ ਕੋਈ ਸਾਡਾ ਕੋਈ ਸੁਣਾਓ ਜਨਾ ਇੱਕ ਤਾਂ ਫਰਮਾਇਆ ਸੁਣਾ ਕੇ ਟੱਪੇ ਮਾਈਏ ਦੇ ਪਿੰਡਾਂ ਥਾਵਾਂ ਕੇ ਲੋਕੋ ਕੇ ਲਈ ਨਾ ਟੱਪੇ ਸੁਣਾਏ ਮਾਈਏ ਸੁਣਾਏ 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 ਆ ਉਹ ਤਾਂ ਨਾ ਸੁਣਾ ਛੱਲਾ ਮੇਰਾ ਜੀਏ ਢੋਲਾ ਛੱਲਾ ਮੇਰਾ ਜੀਏ ਢੋਲਾ ਕੋਈ ਜੋੜ ਨਿੱਟੀ ਨਾਂ ਦਾ ਨਿਰਬਤੈਨ ਹੁਸਨ ਦਿੱਤਾ ਹਿੱਸਾ ਕੱਢ ਮਸਕੀਨਾ ਦਾ ਨਿਰਬਤੈਨ ਹੁਸਨ ਦਿੱਤਾ ਹਿੱਸਾ ਕੱਢ ਮਸਕੀਨਾ ਦਾ ਛੱਲਾ ਮੇਰਾ ਜੀਏ ਢੋਲਾ कोई मुंदरी न तिनि माशे नी हिकु पासे ला यारी नूं निभी दो पासे नी हिकु पासे ला यारी नूं निभी दो पासे छल मेरा जी ढोला असां थोरी थोड़ी पीने आसम चवा ढोला तेरी आसत जी ਕਥਮ ਚਵਾ ਢੋਲਾ ਤੇਰੀ ਆਸ ਤੇ ਜੀਨੇ ਆ ਇੱਕ ਬਹੁਤ بڑا ਪ੍ਰੋਗਰਾਮ تھا ਉਸਮੇ ਇੱਕ ਆਂਟੀ ਆਗੇ ਸਟੇਜ ਪਰ ਉਹਨਾਂ ਕਹਿੰਦੇ ਟੱਪੇ ਸੁਣਾਏ ਨੇ ਮੇਰੇ ਤੇ ਟੱਪਾ ਬਣਾਉ ਮੈਂ ਕਹਿੰਦਾ ਤੁਹਾਡੇ ਤੇ ਬਣਦਾ ਨਹੀਂ ਟੱਪਾ ਉਹਨਾਂ ਕਹਿੰਦੇ ਜਿਸ ਤਰ੍ਹਾਂ ਬਣਦਾ ਮੈਨੂੰ ਬਣਾ ਕੇ ਤੁਸੀਂ ਸੁਣਾ ਦਿਓ ਚੰਗਾ ਹੋਵੇ ਮੰਦਾ ਹੋਵੇ ਤੁਸੀਂ ਸੁਣਾ ਦਿਓ ਮੈਂ ਕਹਿੰਦਾ ਲੋ ਜੀ ਹੁਣ ਬਰਦਾਸ਼ ਕਰਨਾ ਹੁਣ ਮੇਰੇ ਦਿਨ ਚਾ ਗਿਆ ਤੇ ਮੈਂ ਸੁਣਾ ਦੇਣਾ ਉਹਨਾਂ ਨੇ ਕੀ ਸੁਣਾਇਆ ਨਾ ਕਿਆ ਸੁਣਾਇਆ ਆਪਣੇ ਬਤਾਏ ਛੱਲਾ ਮੇਰਾ ਜੀਏ ਢੋਲਾ ਪੂਰਾ 5000 ਦਾ ਕਰੋੜ ਸੀ ਜਿਨ੍ਹਾਂ ਨੇ ਲਾਫਟ ਕੀਤਾ ਇਨਾਮ ਆਂਟੀ ਆਈ ਕੌਨਫੀਡੈਂਸ ਸੇ ਛੱਲਾ ਮੇਰਾ ਜੀਏ ਢੋਲਾ ਕੋਈ ਵਿੱਕਦਾ ਕਲਾਕ ਹੋਵੇ ਨੀ ਸਾਨੂੰ ਤੜਪਾਣ ਵਾਲੀਏ ਛੱਲਾ ਤੈਨੂੰ ਵੀ ਤਲਾਕ ਹੋਵੇ ਨੀ ਸਾਨੂੰ ਤੜਪਾਣ ਵਾਲੀਏ ਛੱਲਾ ਤੈਨੂੰ ਵੀ ਤਲਾਕ ਹੋਵੇ ਇਤਨਾ ਨਾਮ ਮਜਮੇ ਨੇ ਅੰਜੋਏ ਕੀਤਾ ਕਿ ਮੈਂ ਆਪਕੋ ਬਤਾ ਨਹੀਂ ਸਕਦਾ ਅੰਜੋਏ ਕੀਤਾ ਐਂਡ ਹਾਂ ਜੀ ਉਹਨਾਂ ਉਸਨੇ ਵੀ ਕੀਤਾ ਉਹਨੇ ਕਿਹਾ ਸੀ ਨਾ ਮੇਰੇ ਹੱਥੇ ਬਣਾ ਦਿਓ ਜੋ ਵੀ ਨਾਮ ਤੁਹਾਡੇ ਕੋਲ ਹੁੰਦਾ ਤੇ ਮੈਂ ਨਾਮ ਉਹ ਕੇ ਹਸਬੰਡ ਤੋ ਨਹੀਂ ਤੇ ਆਸ-ਪਾਸ ਹਾਂ ਜੀ ਜੀ ਉਹਨਾਂ ਕੇ ਹਸਬੰਡ ਤੋ ਨਹੀਂ ਤੇ ਆਸ-ਪਾਸ ਮੈਂ ਉਹ ਹੁੰਦੇ ਤੇ ਉਹ ਕਹਿੰਦੇ ਮੈਨੂੰ ਕਿ ਇਹੋ ਜਿਹਾ ਟੱਪਾ ਜਿਹੋ ਜਿਹਾ ਵੀ ਜਾਂਦਾ ਸੁਣਾ ਦਿਓ ਕਦੀ ਵੀ ਨਹੀਂ ਸੀ ਹੋਣਾ ਤੇ ਕੋਈ ਬੇਵਫਾਈ ਹੋਈ ਹੋਣੀ ਉਹਨਾਂ ਨੇ ਕਹਿ ਕੇ ਸੁਣਾ ਦਿਓ ਤੁਸੀਂ ਕਿੱਥੇ ਮੈਂ ਆਈਂਗੀ ਆਪਕੇ ਕੋਈ ਕਰਨੀ ਕਿਸਨਾ ਦੇ ਅੱਜ छला मेरा जी ए ढोला मिट्टी चढ़ के ये टेराते ओ सजन मना लेने हाथ रख के मैं पैर आते ओ सजन मना लेने हाथ रख के मैं पैर आते ये टप्पे जो लोगों को पसंद है तो क्यों नहीं पसंद होंगे आप इतने प्यारे तरीके से गा रहे हैं और हर अल्फाज को अदा कर रहे हैं पूरा समझा रहे हैं ना है? है? हाँ मीनिंग भी समझ आ रहा है और म्यूजिक के साथ पूरा का पूरा ना वो जरूरत ही नहीं पड़ी इंस्ट्रूमेंट्स की आप लाइव भी मतलब सारी की सारी कभी पूरी करें म्यूजिक की जरूरत ही नहीं पड़ी एंड आई एम श्योर कि हमारी जो ऑडियंस है सुनने वाली वो बहुत एंटरटेन हो रही होगी उनको बहुत पसंद आ रहे होंगे आपके टप्पे आपका भंगरा आपकी बातें और मेरा दिल चाहता है कि मैं एक मैं ये सुना पंजाब तो हां एक चढ़ते पंजाब से जड़े बैठे ने मेरे मित्र बेली सज्जन जड़े ने ਉਹਨਾਂ ਨੂੰ ਮੈਂ ਇੱਕ ਦਾਵਤ ਹੀ ਦੇ ਦਵਾਂ ਨਾ ਬਲਾ ਬਾਬੇ ਗੁਰੂ ਨਾਨਕ ਦੇਵ ਜੀ ਨਾਲ ਹfte ਉਹ ਬਾਬੇ ਦਾ ਕੋਈ ਕ੍ਰਿਸ਼ਮਾ ਹੀ ਨਾ ਆਪ ਦੱਸਦੇ ਆ ਤਾਂ ਕਿ ਉਹਨਾਂ ਨੂੰ ਪਤਾ ਚੱਲੇ ਕਿ ਸਾਡੇ ਲੈਹਦੇ ਪੰਜਾਬ ਦੇ ਵਿੱਚ ਵੀ ਕੋਈ ਹੈ ਨਾਸਿਰ ਬਰਾਜ ਐਵੇਂ ਨਹੀਂ ਨਾਸਿਰ ਬਰਾਜ ਨਹੀਂ ਆਪ ਕੋ ਜਾਣਤੀ ਹੈ ਹਮ ਐਵੇਂ ਨਹੀਂ ਨਾਸਿਰ ਬਰਾਜ ਕੋਈ ਪੰਜਾਬ ਦੀ ਗੱਲ ਕਰੇ ਔਰ ਪਾਕਿਸਤਾਨੀ ਪੰਜਾਬ ਦੀ ਗੱਲ ਕਰੇ ਤਾਂ ਸਾਰੇ ਕੇ ਸਾਰੇ ਜੋ ਪੰਜਾਬੀ ਕਮਿਊਨਿਟੀ ਹੈ ਉਹ ਆਪ ਕੋ ਜਾਣਤੀ ਹੈ ਨਾਸਿਰ ਬਰਾਜ ਕੋ ਜਾਣਤੀ ਹੈ ਉਸਕੇ ਬੰਦੇ ਸੌਂਗਸ ਕੋ ਜਾਣਤੀ ਹੈ ਬਿਲਕੁਲ ਟੱਪੋ ਕੋ ਮਾਈਏ ਕੋ ਜਾਣਦੀ ਹੈ ਤਾਂ ਉਹਨ ਕੀ ਲਗਾਈ ਹਾਂ ਕਿਉਂਕਿ ਐਵੇਂ ਨਹੀਂ ਦਾ ਸਰਪਰਾਇ ਬੋਲਦਾ ਉਹ ਆਂਦਾ ਪੰਗੜੇ ਤਾਂ ਬੋਲਦਾ ਹੈ ਜਾਂ ਕੋਈ ਕੰਮ ਦੀ ਗੱਲ ਹੋਵੇ ਤਾਂ ਬੋਲਦਾ ਹੈ ਤੇ ਕੰਮ ਦੀ ਗੱਲ ਹੈ ਜਿਹੜੀ ਕੰਮ ਦੀ ਗੱਲ ਹੈ ਜੀ ਇਹ ਕਿ ਅਸੀਂ ਆ ਇਸ ਸਮਾਂ ਦੇ ਉੱਤੇ ਬੈਠੇ ਹੋਏ ਹਾਂ ਜਨਾਬ ਤੇ ਸਮਾਂ ਤੇ ਬਹਿ ਕੇ ਤੇ ਬਾਬਾ ਗੁਰੂ ਨਾਨਕ ਜੀ ਦਾ ਜ਼ਿਕਰ ਹੋਣਾ ਚਾਹੀਦਾ ਹੈ ਜਨਾਬ ਕਿਉਂਕਿ ਉਸ ਦੇ ਬਗੈਰ ਉਸ ਦੇ ਬਗੈਰ ਨਹੀਂ ਹਮਾਰਾ ਕੰਪਲੀਟ ਹੋਣੇ ਵਾਲਾ ਸਮਾਂ ਬੋਲਦਾ ਇਸੇ ਲਈ ਤੇ ਕੰਪਲੀਟ ਕਰ ਲਗਾ ਜਨਾਬ ਦੂਰ ਦੂਰ ਜਿੱਥੇ ਦੇਰਸ਼ਨ ਲਈਆਂ ਦੇ ਦਿਲੀ ਮੁਰਾਦਾ ਪਾnde ਜੈ ਜੈ ਕਹਿ ਜਾਂਦੇ ਦੂਰ ਦੂਰ ਜਿੱਥੇ ਦਰਸ਼ਨ ਲਈ ਆਂਦੇ ਦਿਲੀ ਮੁਰਾਦਾ ਪਾnde ਜੈ ਜੈ ਕਹਿ ਜਾਂਦੇ ਬੜੀਆਂ ਨੇ ਤੁਮਾ ਦਰਿਓ ਦਾ ਚੁੰਮਾ ਬੜੀਆਂ ਨੇ ਤੁਮਾ ਦਰਿਓ ਦਾ ਚੁੰਮਾ ਹੁੰਦਾ ਨਾ ਦਿਲ ਤੋਂ ਵਖ ਵਖ ਬਾਬਾ ਗੁਰੂ ਨਾਨਕ ਬਾਬਾ ਗੁਰੂ ਨਾਨਕ ਬਾਬਾ ਗੁਰੂ ਨਾਨਕ ਹਸਨ ਅਬਦਾਲ ਬਾਬੇ ਦਾ ਪੰਜਾ ਲਗਿਆ ਏ ਜਿੱਥੋਂ ਪਾਣੀ ਦਾ ਵੀ ਚਸ਼ਮਾ ਵਗਿਆ ਏ ਹਸਨ ਅਬਦਾਲ ਬਾਬੇ ਦਾ ਪੰਜਾ ਲਗਿਆ ਏ ਜਿੱਥੋਂ ਪਾਣੀ ਦਾ ਵੀ ਚਸ਼ਮਾ ਵਗਿਆ ਏ ਬਾਬੇ ਦਾ ਰਿਸ਼ਮਾ ਵਗਦਾ ਏ ਚਸ਼ਮਾ ਬਾਬੇ ਦਾ ਰਿਸ਼ਮਾ ਵਗਦਾ ਏ ਚਸ਼ਮਾ ਕੱਖਾਂ ਨੂੰ ਕਰਦਾ ਲੱਖ ਲੱਖ ਬਾਬਾ ਗੁਰੂ ਨਾਨਕ ਬਾਬਾ ਗੁਰੂ ਨਾਨਕ ਬਾਬਾ ਗੁਰੂ ਨਾਨਕ ਬਾਬਾ ਗੁਰੂ ਨਾਨਕ ਮੂਝੇ ਵੀ ਆ ਗਿਆ ਆਪਕਾ ਵੀ ਗਾਣਾ ਗੁਰੂ ਨਾਨਕ ਬਾਬਾ ਗੁਰੂ ਨਾਨਕ ਬਹੁਤ ਜੀ ਅਮੇਜ਼ਿੰਗ ਵੰਡਰਫੁਲ ਤਾਲੀਆਂ ਤਾਂ ਬਚਦੀਆਂ ਹਾਂ ਬਹੁਤ ਕਿਹਾ ਜੀ ਆਪ ਯਕੀਨ ਕਰੇ ਮੇਰੀ ਟੀਮ ਵੀ ਇੰਜੋਏ ਕਰ ਰਹੀ ਹੈ ਆਪਕਾ ਜਲਾਇਤ ਮਿਊਜ਼ਿਕ ਸੈਸ਼ਨ ਚੱਲ ਰਿਹਾ ਨਾ ਇਟਸ ਵੰਡਰਫੁਲ ਵਾਹ ਵਾਹ ਔਰ ਜੋ ਆਪ ਪੂਰੇ ਪੰਜਾਬੀ ਪੰਜਾਬ ਕਮਿਊਨਿਟੀ ਕੇ ਤੋਂ ਮੈਂ ਇੱਕ ਕਹੂੰਗੀ ਨਾ ਇੰਡੀਆ ਕੇ ਹੋਏ ਪਾਕਿਸਤਾਨ ਕੇ ਹੋ ਵੀ ਆਲ ਆਰ ਸੇਮ ਯੂ ਆਲ ਆਰ ਸੇਮ ਪੇਜ ਯੂ ਆਰ ਜਸਟ ਆਪ ਕੇ ਤੋਂ ਸਾਰੇ ਕੇ ਸਾਰੇ ਫੈਨਸ ਹੈ ਬਾਬਾ ਗੁਰੂ ਨਾਨਕ ਨੇ ਅਮਨ ਔਰ ਭਾਈਚਾਰੇ ਦਾ ਪੈਗਾਮ ਜਿਹੜਾ ਨਾ ਬਿਲਕੁਲ ਇਹ ਉਹਨਾਂ ਨੇ ਕਿਹਾ ਕਿ ਪੂਰੀ ਦੁਨੀਆ ਤੇ ਤੁਸੀਂ ਨਾ ਲੋਕ ਉਸ ਤੇ ਅਮਲ ਕਰ ਰਹੇ ਹੈ ਹਮਾਰੇ ਪੰਜਾਬੀ ਅਮਲ ਕਰ ਰਹੇ ਹੈ ਕਿ ਤੁਸੀਂ ਉਹ ਅਮਨ ਦੇ ਭਾਈਚਾਰੇ ਦਾ ਹੂੰ ਪੇਗਾਮ ਪੂਰੀ ਦੁਨੀਆ ਨੂੰ ਇਨਾਬ ਲਾ ਤੁਸੀਂ ਦੱਸੋ ਇਨਾਬ ਲਾ ਬਿਲਕੁਲ ਤੇ ਉਹਨਾਂ ਨੇ ਇਮਾਮ ਹੁਸੈਨ ਅਲੈ ਸਲਾਮ ਦੇ ਮਤਲਕ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਇਨਾਬ ਲਾ ਤੇ ਸੱਚੀਆਂ ਗੱਲਾਂ ਕੀਤੀਆਂ ਇਨਾਬ ਬੜਾ ਅੱਛਾ ਲੱਗਾ ਇਨਾਬ ਕੋਈ ਇੱਕ ਅਧੀ ਬਾਤ ਬਤਾਏ ਸੁਣਾਏ ਉਹਨਾਂ ਦੇ ਗੱਲ ਇਹ ਹੀ ਦੱਸਾਂਗਾ ਕਿ ਮੈਂ ਮੇਰਾ ਦਿਲ ਚਾਹੁੰਦਾ ਕਿ ਚਲੋ ਮੈਂ ਇਮਾਮ ਹੁਸੈਨ ਅਲੈ ਸਲਾਮ ਦਾ ਨਾ ਇੱਕ ਤੁਹਾਨੂੰ ਉਹ ਸੂਫੀ ਕਲਾਮ ਜਿਹੜਾ ਨਾ ਮੇਰਾ ਖਿਆਲ ਹੈ ਕਿ ਆਖਰ ਦੇ ਉੱਤੇ ਤਨੋ ਇਹ ਹੀ ਸੁਣਾ ਦਿਆਂ ਤੇ ਉਹ ਅੱਛਾ ਸੁਣਾਏ ਉਹ ਹੀ ਲੱਗੇਗਾ ਉਹ ਹੀ ਅੱਛਾ ਲੱਗੇਗਾ ਕਿਉਂਕਿ ਵਾਇਨਡ ਅਪ ਦੇ ਉੱਤੇ ਇਹੋ ਹੀ ਹੋਣਾ ਚਾਹੀਦਾ ਹੈ ਜੀ ਜੀ ਸੁਣਾਏ ਨਬੀ ਹੈ ਸਜਦੇ ਵਿੱਚ ਤੇ ਕੰਡ ਤੇ ਬੈਠਾ ਹੁਸੈਨ ਹੈ ਨਬੀ ਹੈ ਸਜਦੇ ਵਿੱਚ ਤੇ ਕੰਡ ਤੇ ਬੈਠਾ ਹੁਸੈਨ ਹੈ ਨਬੀ ਹੈ ਸਜਦੇ ਨਬੀ ਹੈ ਸਜਦੇ ਵਿੱਚ ਤੇ ਕੰਢ ਤੇ ਬੈਠਾ ਹੁਸੈਨ ਹੈ ਕੋਈ ਵੀ ਹਿੱਸਾ ਜਿਸਮ ਦਾ ਬਿਲਕੁਲ ਹਲਾਣਾ ਨਹੀਂ ਬਿਲਕੁਲ ਹਲਾਣਾ ਨਹੀਂ ਇਹ ਅੱਲਾਹ ਦੀ ਜ਼ਾਤ ਕਹਿ ਰਹੀ ਨਬੀ ਨੂੰ ਆਪ ਉਤਰੇ ਜਾਂ ਨਾ ਉਤਰੇ ਖੁਦ ਲਹਾਣਾ ਨਹੀਂ ਇਹਨੂੰ ਖੁਦ ਲਹਾਣਾ ਨਹੀਂ ਅਸਾਂ ਤੇ ਦੋਵੇਂ ਅਸਾਂ ਤੇ ਦੋਵੇਂ ਜਾਣਦੇ ਆ ਕਿਹਦਾ ਹੁਸਨ ਹੈ ਦੁਨੀਆਂ ਵਿੱਚ ਰਜ ਰਜ ਕੇ ਵੇਖੇ ਐਸਾ ਹੁਸਨ ਹੈ ਦੁਨੀਆ ਵਿੱਚ ਰਜ ਰਜ ਕੇ ਵੇਖੇ ਐਸਾ ਹੁਸਨ ਹੈ ਮੈਂ ਖੁਦਾ ਦਾ ਚੰਨ ਹਾਂ ਇਹ ਮੇਰੇ ਦਿਲ ਦਾ ਚੰਨ ਇਹ ਮੇਰੇ ਦਿਲ ਦਾ ਚੰਨ ਅਲ ਹੁਸੈਨੋ ਮਿਨ ਨਵਾ ਅਨਾਮਿਨਲ ਹੁਸੈਨ ਵਾ ਨਾਮ ਇਨਲ ਹੁਸੈਨ ਆਪਣੇ 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 ਦਿਲ ਤੇ ਲਿਖ ਲੋ ਮੇਰਾ ਹੁਸੈਨ ਹੈ ਮੁਕ ਦੀ ਗਲ ਮੁਕਾਵਾ ਮੈਂ ਮੇਰੇ ਜੈਸਾ ਹੁਸੈਨ ਹੈ ਮੁਕ ਦੀ ਗੱਲ ਮੁਕਾਵਾ ਮੈਂ ਮੇਰੇ ਜੈਸਾ ਹੁਸਨ ਹੈ ਐ ਤੇ ਵਰਗਾ ਸਖੀ ਨਹੀਂ ਹੋਣਾ ਦੋ ਜਗ ਦੇ ਅੰਦਰ ਦੋ ਜਗ ਦੇ ਅੰਦਰ صدਕਾ ایدا ਖਾਮਦਾਏ ਦੋ ਜਹਾਂ ਲੰਗਰ ਦੋ ਜਹਾਂ ਲੰਗਰ ਨਬੀਆਂ ਦੇ ਨਬੀਆਂ ਦੇ ਸਰਦਾਰ ਦਾ ਇਹ ਨਵਾਸਾ ਹੁਸੈਨ ਹੈ ਵੰਡ ਕੇ ਕੌਸਰ ਦੁਨੀਆ ਤੇ ਰਿਆ ਪਿਆਜਾ ਹੁਸੈਨ ਹੈ ਵੰਡ ਕੇ ਕੌਸਰ ਦੁਨੀਆ ਤੇਰੇ ਪਿਆਸਾ ਹੁਸੈਨ ਹੈ ਨਬੀ ਹੈ ਸਜਦੇ ਵਿੱਚ ਤੇ ਕੰਡ ਤੇ ਬੈਠਾ ਹੁਸੈਨ ਹੈ ਜੀ ਮਾਸ਼ਾਅੱਲਾ ਇਟਸ ਇਟਸ ਵੈਰੀ ਮੀਨਿੰਗਫੁਲ ਥੈਂਕ ਯੂ ਜੀ ਮੈਨੂੰ ਤਾਂ ਬਹੁਤ ਪਸੰਦ ਆਇਆ ਥੈਂਕ ਯੂ ਆਫ ਕੋਰਸ ਕਿਉਂ ਨਹੀਂ ਆਏਗਾ ਇਤਨੀ ਖੂਬਸੂਰਤ ਬਾਤ ਆਪਨੇ ਕਹਿ ਦੀ

ke hai dalara in the end it's wonderful ye to crux ho gaya na mere sama podcast ka to it's a wonderful thing and i know audience would actually love it overall internationally if we see about it acha fankar honda ke jeda har kise di awaz nu sunke te khush kare farmayish nu acha fankar honi honda ke jeda kove main apne gaane chaar kitte eh specific hon re wo awam ko har kisam ka oh awaz utte aunde ne ਪਤਾ ਨਹੀਂ ਚੱਲਦਾ ਸਭ ਨੂੰ ਇੰਗੇਜ ਰੱਖਦੇ ਹਾਂ ਸਭ ਕੀ ਸੁਣਦੇ ਹਾਂ ਸਭ ਕੀ ਫਰਮਾਇਸ਼ ਪੂਰੀ ਕਰਦੇ ਹਾਂ ਕਿਤੇ ਦੀ ਦਿਲ ਜੋਈ ਕਰਨਾ ਨਾ ਹਾਂਜੀ ਐ ਹੋਈ ਫਨਕਾਰੀ ਏ ਸਾਰੀ ਫਨਕਾਰੀ ਇੱਥੇ ਨੂੰ ਕਹਿੰਦੇ ਆ ਬਾਕੀ ਜਿਹੜਾ ਕੋ ਕੋ ਮੈਂ ਚਾਰ ਗਾਣੇ ਕੀਤੇ ਨੇ ਤੇ ਮੈਂ ਉਹ ਹੀ ਕਰਾਂਗਾ ਮੇਰੇ ਗਾਣੇ ਬਹੁਤ ਨੇ ਦੇਖੋ ਸਭ ਨਾਲ ਪਹਿਲੇ ਗਾਣਾ ਸੀ ਮੇਰਾ ਡਿਜੀ ਅਲਾਈਨਾ ਉਹ ਮੈਂ ਕੀਤਾ ਸੀ ਤੇ ਉਹ ਕਾਪੀ ਵੀ ਕਿਤੇ ਅੰਡੀਆਂ ਦੇ ਵਿੱਚ ਕਿ ਡੀਜੇ ਵਾਲਾ ਬਾਬੂ ਮੇਰਾ ਗਾ ਮੇਰਾ ਗਾਣਾ ਡੀਜੇ ਵਾਲਾ ਬਾਬੂ ਹਾਂ ਉਹ ਮੈਂਨੇ ਗਾਣਾ ਹੋਰ ਗਾਏ ਥੇ ਯਹਾਂ ਪਰ ਜਰਾ ਅਗਰ ਕਿ ਨੱਚਣਾ ਏ ਸੱਜਣਾ ਦੇ ਨਾਲ ਹੱਥ ਫੜ ਕੇ ਡੀਜੇ ਵਾਲਿਆ ਲਾ ਦੇ ਪੰਜਾਬੀ ਭੰਗੜਾ ਹਮਮ ਪਰ ਅੰਤਰਾਸ ਸੁਣਾਈ ਨੱਚਣਾ ਏ ਸੱਜਣਾ ਦੇ ਨਾਲ ਹੱਥ ਫੜ ਕੇ ਨੱਚਣਾ ਏ ਸੱਜਣਾ ਦੇ ਨਾਲ ਹੱਥ ਫੜ ਕੇ ਉਹ ਡੀਜੇ ਵਾਲਿਆ ਲਾ ਦੇ ਪੰਜਾਬੀ ਪੰਗੜਾ ਉਹ ਡੀਜੇ ਵਾਲਿਆ ਲਾ ਦੇ ਪੰਜਾਬੀ ਪੰਗੜਾ ਡਾਂਸ ਫਲੋਰ ਉੱਤੇ ਜਿਹੜਾ ਜਿਹੜਾ ਆਵੇਗਾ ਸਾਰੀ ਸਾਰੀ ਰਾਤ ਵੇਖੀ ਨੱਚ ਕੇ ਵੀ ਖਾਵੇਗਾ ਮੈਂ ਜਦੋਂ ਨੱਚਣ ਤੇ ਥੱਕ ਜਾਣਾ ਸਭ ਨੇ ਹੋਰ ਵੀ ਮੱਚ ਜਾਣਾ ਪੰਗੜੇ ਦੀ ਅੱਗ ਨੇ

ਛੱਲਾ ਮੇਰਾ ਜੀਏ ਢੋਲਾ ਪਾਣੀ ਬੱਕਰੀ ਪੀ ਗਈਏ ਓ ਸੱਜਣ ਮਨਾ ਲੈਣੇ ਗੱਲ ਪਣ ਕੇ ਬੰਜੀ ਗਈਏ ਛੱਲਾ ਮੇਰਾ ਜੀਏ ਢੋਲਾ ਛੱਲਾ ਮੇਰਾ ਜੀਏ ਢੋਲਾ ਕੋਈ ਮੁੰਦਰੀ ਨੀ ਤਿੰਨ ਮਾਸ਼ੇ ਨੇ ਇੱਕ ਪਾਸੇ ਲਾਇ ਯਾਰੀ ਨਹੀਂ ਉਹ ਨਿਭਦੀ ਦੋ ਪਾਸੇ ਛੱਲਾ ਮੇਰਾ ਜੀਏ ਢੋਲਾ ਕਿਤਾ ਸਫਰ ਜਹਾਨਾ ਨੇ ਛੱਲਾ ਮੇਰਾ ਜੀਏ ਢੋਲਾ ਕਿਤਾ ਸਫਰ ਜਹਾਨਾ ਦਾ ਹੋ ਇੱਕ ਸਾਨੂੰ ਲੁੱਟ ਪੁੱਟ ਕੇ ਹੁਣ ਜ਼ੋਰ ਨਮਾਜ਼ਾਂ ਦਾ ਇਹਨਿਆ ਆਪਕੋ ਸੁਣਾ ਮੇਰੀ ਨਾਈਸ ਤੋਂ ਆ ਬੇਨਖਲਾ ए, मेरे बाद आपके शो में ना बहुत अच्छे मेरे वो हैं सिंगर हैं रिजी आरजे साहब वो आपके शो में बैठेंगे तो मुझसे भी अच्छा ही ना भाला वो परफॉर्म करेंगे और जो कमी रह भी जाएगी वो पूरी भी करेंगे मुझे नहीं लगता कि कोई कमी है एंड से उनका अपना होगा, अपना टैलेंट <laughs> होगा एक्सपीरियंस दुनिया जानती है आपको इतनी फैन फॉलोइंग है जब सिंगर समझता है ना कि मेरे च कमी कोई नहीं रही वो तो सिंगर खत्म हो जाता है हाँ। दिन च रखना अगर वो समझेगा ना कि मेरे को कमी रह गई है जी। अगला समझेगा कि नहीं रही पन है वो तो आप सही कह रहे हैं हाँ, बाकी जो है वो हर सिंगर चीज है ना वो कोई ना कोई कमी एवरीवन इज जस्ट नियर टू परफेक्शन और आप ठीक कह रहे हैं कि प्रैक्टिस मेक्स द मैन परफेक्ट हां बिल्कुल प्रैक्टिस के बगैर तो कुछ भी नहीं है अच्छा ये भी जहाँ पर भी ये देख लें ये प्रैक्टिस ही हुई है हर बात की प्रैक्टिस ही हुई है तो मेरा ख्याल है कि आप जाते जाते ए, पाक फौज के जो शहीद हैं मैं उनको जरा ट्रिब्यूट पेश कर दूँ कि जिन्होंने तो पैंठ की जंग देखी है चलो उन्होंने तो देखी है, है। जिन्होंने नहीं देखी तो उन्होंने एक उनको पता तो चले ਹੋ ਦੁਨੀਆਂ ਚਿੱਕਤੇ ਵਿਸ਼ਾਹੀਨਾ ਦਾ ਜੋੜ ਨਹੀਂ ਸਾਡੀ پاک ਫੌਜ ਦਾ ਕੋਈ ਵੀ ਤੋੜ ਨਹੀਂ ਫੌਜ ਦਾ ਮਾਣ ਵਧਾਇ ਕਰੋ ਜੀ ਸਨ ਪੈਂਠ ਵਾਂਗੂ ਜੋਸ਼ ਵਿੱਚ ਆਇਆ ਕਰੋ ਜੀ ਸਨ ਪੈਂਠ ਵਾਂਗੂ ਜੋਸ਼ ਵਿੱਚ ਆਇਆ ਕਰੋ ਜੀ ਸਨ ਪੈਂਠ ਵਾਂਗੂ ਜੋਸ਼ ਵਿੱਚ ਏਅਰ ਮਾਰਸ਼ਲ ਫਰੂਕ ਮਰਮੁਲਕ ਦੀ ਸ਼ਾਨ ਐਮ ਐਮ ਆਲਮ ਤੇਰਾ ਸ਼ਰ ਸਾਡੀ ਜਾਨ ਕਸ਼ਮੀਰ ਦਾ ਹਲ ਵੀ ਕਰਾਇਆ ਕਰੋ ਜੀ ਸਨ ਪੈਂਠ ਵਾਂਗੂ ਜੋਸ਼ ਵਿੱਚ ਆਇਆ ਕਰੋ ਜੀ ਸਨ ਪੈਂਠ ਵਾਂਗੂ ਜੋਸ਼ ਵਿੱਚ ਪਾਕਿਸਤਾਨ ਜ਼ਿੰਦਾਬਾਦ ਥੈਂਕ ਯੂ ਥੈਂਕ ਯੂ ਸੋ ਮਚ ਮਿਸਟਰ ਨਾਸਿਰ ਬਿਰਾਜ ਥੈਂਕ ਯੂ ਮਤਲਬ ਆਬਵੀਅਸਲੀ ਇਟਸ ਅ ਬਿਗ ਥੈਂਕਸ ਫਰਮ ਮਾਈ ਸਾਈਡ कि आप हमारे शो में आ जाएं आपने टाइम दिया और आपने एक्चुअली में इतना टाइम दिया कि मैंने आपसे जो जो फरमाइश की ना आपने वो पूरी की है मज़े मज़े के भंगड़ा सॉन्ग सुनाए हैं टप्पे सुनाए हैं माइए सुनाए हैं और भी यू नो ट्रिब्यूट्स पेश किए अपनी स्पेशल पर्सनालिटीज़ को और जो मुझे आपने सुनाया मेरे लिए गाना वो भी बहुत मज़े का था आई स्टिल रिमेंबर द लिरिक्स और सबसे ज़्यादा मुश्किल जो है वो ਉਤੇ ਸਰਾਇਕੀ ਜੋ Song ਹੈ ਸਰਾਇਕੀ ਨਹੀਂ ਆਪਰ ਸੁਨਾਇਆ ਯਹੀ ਸੇ ਮੇਜੀ ਆਦਾ ਹੈ ਸਰਾਇਕੀ ਤੋ ਸੁਨਾਇ ਉਹ ਉਹ ਹੀ ਹੈ ਸਰਾਇਕੀ ਜੋ ਮਨੇ ਮਨਸੂਰ ਮਲੰਗੀ ਦਾ ਸੁਨਾਇਆ ਥਾ ਨਾ ਤੋ ਉਹ ਆਪਕੋ ਸੁਨਾ ਰਹੀ ਹੈ ਤੇ ਹੁਣ ਮੈਂ ਚਾਹਾਂਗਾ ਕਿ ਮੇਰਾ ਜਿਹੜਾ ਟਾਈਮ ਹੈ ਕੋਈ ਥੋੜਾ ਜਿਹਾ ਉਹ ਜਿਹੜੇ ਰਜ਼ੀਆਰਦੀ ਸਾਹਿਬ ਆ ਰਹੇ ਨਾ ਸਿੰਗਰ ਨਾ ਬਲਮ ਕੀ ਬਾਤ ਹੈ ਉਹਨਾਂ ਦੇ ਜਨਾਬ ਉਹ ਟੌਪ ਕਲਾਦੇ ਸਿੰਗਰ ਨੇ ਨਾ ਮਜ਼ਾ ਲਓਗੇ ਨਾ ਸਿੰਧ ਮੂਸੇ ਵਾਲੇ ਨੂੰ ਜਨਾਬ ਲਓ ਨੱਕ ਲਾਈਕ ਕਰ ਦੇਨੇ ਜਦਾ ਸ਼ਮਾਰ ਕੋਈ ਨਹੀਂ ਤੇ ਉਹਨਾਂ ਨੂੰ ਟ੍ਰਿਬਿਊਟ ਵੀ ਉਹਨਾਂ ਦੇ ਨਾਮ ਕੋਈ ਲਿਖਿਆ ਹੋਇਆ ਹੀ ਨਹੀਂ ਤੇ ਹੁਣੇ ਦੇਖ ਲਓ ਤੁਸੀਂ ਕਿ ਇਫਤਖਾਰ ਠਾਕਰ ਸਾਹਿਬ ਉਹ ਮਿਲ ਕੇ ਗਏ ਨੇ ਤੇ ਉਹਨਾਂ ਨੇ ਜਦ ਮੈਂ ਬਾਬਾ ਗੁਰੂ ਨਾਨਕ ਜੀ ਦੇ ਦਰਸ਼ਨ ਆਇਆ ਤੇ ਉਹ ਇੰਨੇ ਖੁਸ਼ ਹੋਏ ਨੇ ਜਦਾ ਸ਼ਮਾਰ ਉਹਨਾਂ ਨੇ ਕਿਹਾ ਯਾਰ ਗੱਲ ਇਹ ਹੈ ਕਿ ਇਹ ਇਹਦਾ ਕੀ ਮਸਲਾ ਇਨਾ ਬਲਾ ਤੂੰ ਤੇ ਐਸਾ ਕਮਾਲ ਕਰ ਛੱਡਿਆ ਮੈਂ ਕਿਹਾ ਗੱਲ ਇਹ ਕਿ ਮੈਂ ਚਾਹਨਾ ਹਾਂ ਕਿ ਜਿੱਦਾਂ ਤੁਸੀਂ ਸਾਰੇ ਫਨਕਾਰਾਂ ਨੇ ਰਲ ਕੇ ਇਨਾ ਬਲਾ ਇਸ ਕਿ ਚੈਨ ਬਣਾਈਏ ਪਾਕਿਸਤਾਨ ਦੀ ਲੜਦੇ ਚੜਦੇ ਪੰਜਾਬ ਤੇ ਲੈਹਦੇ ਦੀ ਜਨਾਬ ਬਹੁਤ ਅੱਛੀ ਬਣਾਈਏ ਫਨਕਾਰਾਂ ਨੇ ਰਲ ਕੇ ਉਹ ਨਫ਼ਰਤਾਂ ਖਤਮ ਕੀਤੀਆਂ ਨੇ ਗਵਰਨਮੈਂਟ ਦੀਆਂ ਇਹ ਬੜੇ ਚੰਗਾ ਲੱਗਾ ਤੇ ਇਸ ਲਈ ਬਾਬਾ ਗੁਰੂ ਨਾਨਕ ਦਾ ਜਨਾਬ ਸੁਨਾਇਆ ਤੇ ਕਹਿੰਦੇ ਤੁਸੀਂ ਕੀ ਚਾਹੁੰਦੇ ਹੋ ਇਹ ਸੁਖਾਟਾ ਕਹਤਾ ਮੈਂ ਕਿਹਾ ਮੈਂ ਚਾਹਨਾ ਮਾਂ ਕਿ ਇਹ ਪਰੰਦੇ ਜਲੇ ਨਾ ਏ ਉੱਡ ਕੇ ਉਧਰ ਚਲੇ ਜਾਂਦੇ ਬਾਰਡਰੋਂ ਪਾਰ ਇੰਡੀਆ ਦਾ ਚੱਕਰ ਲਾਉਂਦੇ ਉਧਰੋਂ ਉੱਡ ਕੇ ਜਿਹੜੇ ਸਾਡੇ ਪਾਕਿਸਤਾਨ ਦੇ ਚੱਕਰ ਲਾ ਲੈਂਦੇ ਨੇ ਇਹਨਾਂ ਦਾ ਕੋਈ ਵੀਜ਼ਾ ਨਹੀਂ ਹੁੰਦਾ ਬਗੈਰ ਵੀਜ਼ੇ ਤੋਂ ਉਹ ਕਹਿ ਰਹੇ تھے ਕਿ 2 ਵਜੇ ਉੱਠ ਕੇ ਨਾ ਜਿਸ ਦਿਨ ਅੱਖ ਖੁੱਲ ਗਈ ਸਾਰੀ ਤਾਰੇ ਜੇ ਨਾ ਉਹ ਕਾਟ डालेंगे ਉਹੀ ਮੈਂ ਕਹਿੰਦਾ ਉਸਕੇ ਬਾਅਦ देयर विल बी नो ਬੈਰੀਅਰਸ ਔਰ ਦਿਲੋਂ ਵੀ ਕੰਟੀਨਿਊ ਨਹੀਂ ਹੋਣਗੇ ਨਾ ਹੋਣੇ ਚਾਹੀਏਗੇ ਬਗੈਰ ਵੀਜ਼ਾ ਤੋਂ ਅਸੀਂ ਵੀ ਜਿਹੜਾ ਨਾ ਬਗੈਰ ਵੀਜ਼ੇ ਤੋਂ ਉੱਧਰ ਚਲੇ ਜਾਈਏ ਜੇ ਪਰਿੰਦੀ ਆਜਾਗਾ ਵਕਤ ਹੀ ਇਨਸ਼ਾਅੱਲਾ ਦੇਖਤੇ ਜਾਈਏ ਉਹ ਕਾਮਯਾਬੀ ਉਹਦੀ ਕੋਸ਼ਿਸ਼ ਕਰ ਰਹੇ ਨਾ ਨਹੀਂ ਨਹੀਂ ਐਂਡ ਥੈਂਕਸ ਟੂ ਯੂ ਇਨਸ਼ਾਅੱਲਾ ਥੈਂਕਸ ਟੂ ਯੂ ਬੀਇੰਗ ਅ ਮੀਡੀਏਟਰ ਅ ਪੋਜ਼ਿਟਿਵ ਪਰਸਨ ਹੂ ਇਜ਼ ਰਿਪਰੈਜ਼েন্টিੰਗ ਐਸ ਅ ਸੌਫਟ ਇਮੇਜ ਆਫ ਪਾਕਿਸਤਾਨ ਫਾਰ ਬੋਥ ਸਾਈਡਸ ਇਫ ਵੀ ਟਾਕ ਅਬਾਊਟ ਇੰਡੀਅਨ ਪੰਜਾਬ ਐਂਡ ਪਾਕਿਸਤਾਨੀ ਪੰਜਾਬ ਤੋ ਦੇਖੇ ਨਾ ਕਿ

ਉਚੈ ਲਮਕਦ ਸੋਣੀ ਰਜ ਕੇ ਬੜੀ ਕਾਲੇ ਵਿੱਚ ਆਈ ਮੇਰੇ ਪਿੰਡ ਦੀ ਕੁੜੀ ਅਸੀਂ ਹੱਥਾਂ ਵਿੱਚ ਫੜੀਏ ਕਿਤਾਬਾਂ ਜਾਂ ਅਸੀਂ ਦਿਲ ਫੜੀਏ ਹਾਏ ਕੁੜੀ ਲੱਗਦੀ ਕੁੜੀ ਲੱਗਦੀ ਕੁੜੀ ਲੱਗਦੀ ਏ ਚੰਨ ਦਾ ਟੋ ਟਕਲਾ ਸਾ ਕੀ ਪੜੀਏ ਕੁੜੀ ਲੱਗਦੀ ਏ ਚੰਨ ਦਾ ਟੋ ਟਕਲਾ ਸਾ ਕੀ ਪੜੀਏ ਥੈਂਕ ਯੂ ਥੈਂਕ ਯੂ ਸੋ ਮਚ ਇਟ ਵਾਸ ਰੀਲੀ ਨਾਈਸ ਐਂਡ ਆਈ ਲਾਈਕ ਦ Song ਐਂਡ ਆਈ ਲਾਈਕ ਦ ਲਿਰਿਕਸ ਐਸ ਵੈਲ ਥੈਂਕ ਯੂ ਸੋ ਮਚ ਫੀਲ ਆਨਰਡ ਥੈਂਕ ਯੂ ਫॉर ਬੀਿੰਗ ਹੇਅਰ ਐਂਡ ਥੈਂਕ ਯੂ ਗਾਇਜ਼ ਫॉर ਵਾਚਿੰਗ ਅਸ ਟੂਡੇ ਮੇਰੀ ਤਰਫੋਂ ਨਾ ਬਹੁਤ ਸ਼ੁਕਰੀਆ ਥੈਂਕ ਯੂ ਜਿਨ੍ਹਾਂ ਨੇ ਸ਼ੋਅ ਦੇਖਿਆ ਇਨਾ ਮੇਰਾ ਔਰ ਇਹ ਚੈਨਲ ਨੂੰ ਲਾਈਕ ਵੀ ਕਰਨਾ ਸਬਸਕ੍ਰਾਈਬ ਵੀ ਕਰਨਾ ਨਾ ਸ਼ੇਅਰ ਵੀ ਕਰਨਾ ਤੇ ਆਪਣੇ ਅੱਛੇ ਅੱਛੇ ਕਮੈਂਟਸ ਵੀ ਦੇਣਾ ਜਿੱਥੇ ਕੋਈ ਗਲਤੀ ਕੋਤਾਈ ਹੋਈ ਨਾ ਬਲਾ ਉਹ ਦੱਸ ਵੀ ਦੇਣਾ ਨਾ ਬਲਾ ਤੇ ਤੁਹਾਡੇ ਕੋਲ ਅਸੀਂ ਪੇਸ਼ਗੀ ਮਾਦਰ ਕਾਹਾਂ ਆ ਨਾ ਅਸੀਂ ਕਿਛ ਦਿਨ ਦਾ ਜੁਆਇਨਿੰਗ ਕਰਦੇ ਅਸੀਂ ਸਿਰਫ ਇਹ ਹੈ ਕਿ تنقید ਵੀ ਨਹੀਂ ਕਰਦੇ ਕਿਸੇ ਨੂੰ ਅਸੀਂ ਇਹ ਕਰਨਿਆ ਕਿ ਇੱਕ ਅੰਬੰਦੇ ਪਾਈਚਾਰੇ ਦਾ ਪੈਗਾਮ ਦਿੱਤਾ ਹੈ ਜਾਮਰਾ ਤੇ ਉਹ ਉਹਦੇ ਵਿੱਚ جناب ਅਸੀਂ ਕੁਝ ਗੱਲਾਂ ਕਰਨੀਆਂ ਪੈ ਜਾਂਦੀਆਂ ਨੇ ਕਰ ਦਿੱਤੀਆਂ ਨੇ ਨਾ ਤੇ ਇਹਨਾਂ ਸਾਰਿਆਂ ਨੂੰ ਤੁਸੀਂ برداشت ਕਰੋਗੇ ਨਾ ਤੇ ਫਿਰ ਇਨਸ਼ਾਅੱਲਾ ਕਰੇ ਪ੍ਰੋਗਰਾਮ ਦੇ ਵਿੱਚ ਹਿੱਸਾ ਬਣੇ तो बाकी जोड़े इन्ना ढेर सारा इना माल पिया हो इन्ना है।, है कि मैं कि दो महीना भी लगा रहा तो खत्म नहीं होएगा इना मेरा नहीं, प्रोग्राम नहीं, हम आपको दोबारा बुलाएंगे और आप आएंगे फिर हम दोबारा से मजे मजे की बातें करें करेंगे गपशप करेंगे समाचार चैनल का बहुत शुक्रगुजार हूं नहीं थैंक यू योर थैंक यू अल्लाह हाफिज़ थैंक यू जी थैंक यू गाइज फॉर वॉचिंग अस टुडे एंड प्लीज डू नॉट फॉरगेट टू शेयर लाइक एंड सब्सक्राइब ऑल्सो ही हैज़ रिक्वेस्टेड यू मिस्टर नासिर बेराज हैज़ ऑल्सो रिक्वेस्टेड यू टू प्लीज़ शेयर लाइक एंड सब्सक्राइब असम पॉडकास्ट एज यूजुअल एंड जस्ट लेट अस नो इन कमेंट्स क्या आज का समर पॉडकास्ट आपको कैसा लगा टिलीविंग यू गारे ट्यू टिलॉज आई बी जस्ट कमिंग बैक विद नेक्स्ट एपिसोड बाय बाय